ਕਮਿਸ਼ਨਰ ਬਹੁਤ ਜ਼ਿਆਦਾ ਮਸ਼ਹੂਰ ਨੇ। ਤੁਸੀਂ ਬਹੁਤ ਸਾਰੇ ਕਮਿਸ਼ਨਰਾਂ ਦੇ ਨਾਂ ਸੁਣੇ ਹੋਣਗੇ, ਕਿੱਸਾਕਾਰਾਂ ਦੇ ਨਾਂ ਸੁਣੇ ਹੋਣਗੇ। ਉਹਨਾਂ ਵਿੱਚੋਂ ਇੱਕ ਬਾਬੂ ਰਜਬ ਅਲੀ ਜੋ ਕਿ ਬਹੁਤ ਹੀ ਅੱਛਾ ਲਿਖਦੇ ਸਨ। ਦੇਖਿਆ ਉਦਾਸ ਰਾਂਝੇ ਨੂੰ ਹੀਰ ਨੇ, ਨਾ ਰਿਹਾ ਗਿਆ ਹੀਰ ਕੋਲੋਂ, ਕੌਣ ਬੁਲਾ ਕੇ ਕੁਝ ਕਹਿੰਦੀ ਕਹਿੰਦਾ ਗੌਰ ਨਾਲ ਸੁਣਨਾ ਇਹ ਮਜ਼ਦੂਰੀ ਵੇ ਬਾਪ ਦੇ ਬਾਰਾਂ ਸਾਲ ਦੇ ਚਾਕਾ ਪੁੱਤਰ ਮੁਸ਼ਕਿਲ ਪੁੱਤਰ ਨਾ ਮੁਸ਼ਕਿਲ ਵੇ ਆਣੀਆਂ ਕੱਖ ਇਸ਼ਕ ਦੇ ਫੇਰ ਵਸ ਨਾ ਰਾਂਝਣਾ ਵੇ ਤੋਰ ਨਾਲ ਬੰਨ ਕੇ ਲਜਾਂਦੇ ਨੇੜੇ ਫਿਰ ਵਸ ਨਾ ਰਾਂਝਣਾ ਵੇ ਤੋਰ ਨਾਲ ਬੰਨ ਕੇ ਲਜਾਂਦੇ ਨੇੜੇ ਬੰਦ ਕਰ ਜਾਂਦੇ।
ਫੇਰਨੇ ਵੇ ਲੰਘਣ ਫੇਰਨੇ ਵੇ ਮੇਰੇ ਮਾਂ ਬਾਪ ਜਹਾਨੋ ਕਮਲੇ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਰ ਫੁੱਲਾਂ ਦੇ ਕਮਲੇ ਕਦੋਂ ਲੰਘਣ ਫੇਰਨੇ ਵੇ ਮੇਰੇ ਮਾਂ ਬਾਪ ਜਹਾਨੋ ਕਮਲੇ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਰ ਫੁੱਲਾਂ ਦੇ ਕਮਲੇ ਸ਼ਤਾਬਦੀ ਦੇ ਨਾਤ ਨੂੰ ਬੰਗੜੀ ਵਜਾ ਕੇ ਬੋਲੇ ਤੇਰਾ ਚੰਗ ਵਿੱਚ ਰੱਖਿਆ ਜੀ ਪਹੁੰਚ ਜਾ ਬਾਲ ਨਾਥ ਦੇ ਕੋਲੇ ਜੋ ਮਿਲੇ ਸ਼ਤਾਬਦੀ ਦੇ ਨਾਤ ਨੂੰ ਬੰਗੜੀ ਵਜਾ ਕੇ ਬੋਲੇ ਮੁਸ਼ਕਿਲ ਹੱਲ ਕਰ ਦੇਵੇ ਚੱਲ ਚੱਲ ਵਿੱਚ ਕਰ ਦੇਵੇ ਰਾਵੇ ਰੱਬ ਸੁੱਕਿਆ ਰੁੱਖਾਂ ਨੂੰ ਮੇਵੇ ਉਹਦੇ ਘਰ ਕੀ ਕਾਟਾ ਵੇ ਅੜੀ ਵਿੱਚ ਮੁਸ਼ਕਿਲ ਹੱਲ ਕਰ ਦੇਵੇ